ਚੋਂ ਇੱਕ ਇੰਸੀਡੈਂਟ ਜਿਹੜਾ ਹੈਗਾ ਇਹ 23/12 ਨੂੰ ਹੋਇਆ ਸੀਗਾ, ਜਿਹ 'ਚ ਇੱਕ ਅਲੈਜਡਲੀ ਈਓਨ ਕਾਰ ਜਿਹੜੀ ਸੀਗੀ YPS ਚੌਂਕ ਦੇ ਨੇੜੋਂ ਸਨੈਚ ਹੋਣ ਦੀ ਗੱਲ ਕਹੀ ਗਈ ਸੀਗੀ। ਦੂਸਰਾ ਇੰਸੀਡੈਂਟ ਜਿਹੜਾ ਹੈਗਾ, ਇੰਸੀਡੈਂਟ ਵਾਈਜ਼ ਹੀ ਚੱਲੀ ਤਾਂ ਜਿਹੜਾ ਸੈਕਿੰਡ ਇੰਸੀਡੈਂਟ ਹੈਗਾ ਇਹ 29/12 ਦਾ ਹੈ। ਇਹ 'ਚ ਘੜੂਏ ਦੇ ਕੋਲੋਂ ਇੱਕ ਕਾਰ ਜਿਹੜੀ ਸੀਗੀ ਅਲੈਜਡਲੀ ਸਨੈਚ ਹੋਈ ਸੀਗੀ 29/12 ਨੂੰ। ਅਤੇ ਤੀਸਰਾ ਇੰਸੀਡੈਂਟ ਜਿਹੜਾ ਹੈਗਾ ਇਹ 31 December ਦਾ ਹੈ, ਅਤੇ ਇਹਦੇ ਵਿੱਚ ਵੀ ਲੜਾਈ ਝਗੜਾ ਹੋਇਆ ਸੀ ਬੇਸਿਕਲੀ, ਅਤੇ ਕਾਰ ਸਨੈਚਿੰਗ ਵਾਲੀ ਗੱਲ ਨਹੀਂ ਸੀਗੀ, ਪਰ ਅਲਟੀਮੇਟਲੀ ਉਹ ਵੀ ਕ੍ਰੈਕ ਹੋ ਗਿਆ ਕਿ ਉਹ ਆਪਸ 'ਚ ਪਰਸਨਲ ਰੀਜ਼ਨ ਕਰਕੇ ਲੜਾਈ ਝਗੜਾ ਸੀਗਾ। ਅਤੇ ਜਿਹੜੀ ਪਹਿਲੀ ਜਿਹੜੀ ਇੰਸੀਡੈਂਟ ਹੈਗਾ ਈਓਨ ਕਾਰ ਦੀ ਖੋਹਾਲਾ ਜਿਹੜਾ ਹੈਗਾ, ਇਹਦੇ ਵਿੱਚ ਜਦੋਂ ਜਿਹੜਾ ਅਸੀਂ ਜਿਹੜੀ ਕਾਰ ਹੈ ਉਹ ਰਿਕਵਰ ਕਰ ਲਈਏ, ਦੋ ਅਕਿਊਜ਼ ਇਹਦੇ ਵਿੱਚ ਇਨਵੋਲਵ ਸੀ, ਜਿਨ੍ਹਾਂ 'ਚੋਂ ਜਿਹੜਾ ਮੇਨ ਅਕਿਊਜ਼ਡ ਹੈ ਪ੍ਰਾਈਮ ਅਕਿਊਜ਼ਡ ਹੈ ਉਹ ਅਰੈਸਟ ਕਰ ਲਿਆ ਗਿਆ ਹੈ, ਅਤੇ ਦੂਜੇ ਅਕਿਊਜ਼ ਦੀ ਜਿਹੜੀ ਹੈ ਉਹਦੇ ਉੱਤੇ ਵੀ ਰੇਡਸ ਚੱਲਦੀਆਂ ਪਈਆਂ। ਇਹ 'ਚ ਅਸਲ ਦੇ ਵਿੱਚ ਹੋਇਆ ਕਿ ਇੰਸੀਡੈਂਟ ਸੀਗਾ, ਇਹ ਜਿਹੜਾ ਬੰਦਾ ਸੀ ਕਰੀਬ 10-10:30 ਵਜੇ ਦੇ ਆਸ ਪਾਸ ਸੈਕਟਰ 34 ਚੰਡੀਗੜ੍ਹ ਦੇ ਵਿੱਚ ਸੀਗਾ, ਅਤੇ ਉੱਥੋਂ ਇਹ ਥੋੜ੍ਹਾ ਜਿਹਾ ਮਤਲਬ ਪੀਤੀ ਜ਼ਿਆਦਾ ਹੋਈ ਸੀਗੀ, ਨਸ਼ੇ ਸੀਗਾ, ਤਾਂ ਗੱਡੀ ਡਰਾਈਵ ਕਰਨ ਦੀ ਹਾਲਤ 'ਚ ਨਹੀਂ ਸੀਗਾ। ਤਾਂ ਇਹ ਕੋਈ ਦੋ ਰਾਹਗੀਰ ਜਿਹੜੇ ਸੀਗੇ, ਜਿਹੜੇ ਕਿ ਬੇਸਿਕਲੀ ਅਕਿਊਜ਼ਡ ਹੈਗੇ ਹੈ, ਜਿਹੜੇ ਦੋ ਰਾਹਗੀਰ ਸੀਗੇ ਉਹਨਾਂ ਨੂੰ ਕਿਹਾ ਇਹਨੇ ਕਿ ਮੈਂ ਪੈਸੇ ਦੇ ਦੂੰਗਾ ਅਤੇ ਮੈਨੂੰ ਘਰ ਤੀਕਰ ਛੱਡਿਆ ਉਹ ਗੱਡੀ 'ਚ। ਉਹ ਜਿਹੜੇ ਦੋ ਬੰਦੇ ਸੀਗੇ ਉਹ ਬਾਈ ਚਾਂਸ ਨਟੋਰੀਅਸ ਸੀਗੇ ਬੰਦੇ ਉਹ, ਅਤੇ ਉਹਨਾਂ ਨੇ ਫਿਰ YPS ਚੌਂਕ ਦੇ ਕੋਲ ਆ ਕੇ ਇਹਦੀ ਕੁੱਟਮਾਰ ਕੀਤੀ ਅਤੇ ਇਹਨੂੰ ਗੱਡੀ 'ਚੋਂ ਉਤਾਰਤਾ ਅਤੇ ਗੱਡੀ ਲੈ ਕੇ ਭੱਜ ਗਈ। ਇਹ ਇੰਸੀਡੈਂਟ ਜਿਹੜਾ ਹੋਇਆ ਸੀਗਾ, ਇਹ 'ਚ ਗੱਡੀ ਵੀ ਰਿਕਵਰ ਹੋ ਗਈ ਹੈ, ਅਤੇ ਜਿਹੜਾ ਬੰਦਾ ਹੈਗਾ ਉਹ ਵੀ ਬੰਦੇ ਜਿਹੜੇ ਸੀਗੇ ਦੋਨੋਂ ਉਹ ਵੀ ਟਰੇਸ ਹੋ ਗਏ, ਅਤੇ ਜਿਨ੍ਹਾਂ 'ਚੋਂ ਇੱਕ ਅਰੈਸਟ ਵੀ ਕਰ ਲਿਆ ਗਿਆ। ਤਾਂ ਇਹ ਬੇਸਿਕਲੀ ਇੰਸੀਡੈਂਟ ਜਿਹੜਾ ਸੀਗਾ ਇਟ ਵਾਜ਼ ਨੋਟ ਅ ਪ੍ਰੋਪਰ ਕਾਰ ਸਨੈਚਿੰਗ ਵੀ ਆਪਾਂ ਕਹਿ ਸਕੀਏ, ਤਾਂ ਇਹ ਜਿਹੜਾ ਬੰਦਾ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾ ਰਿਹਾ ਸੀਗਾ ਉਹਦੇ ਰਿਗਾਰਡਿੰਗ ਹੀ ਉਹ ਗੱਡੀ ਜਿਹੜੀ ਉਹਨੇ ਕਿਸੇ ਹੋਰ ਨੂੰ ਦਿੱਤੀ ਸੀ, ਉਹੀ ਬੰਦੇ ਜਿਹੜੀ ਸੀਗੀ ਉਹਨੂੰ ਗੱਡੀ ਲੈ ਗਈ ਉਹਦੀ ਜਿਹੜੀ। ਸੈਕਿੰਡ ਇੰਸੀਡੈਂਟ ਜਿਹੜਾ ਹੈਗਾ ਇਹ ਇੱਕ ਕਾਇੰਡ ਆਫ ਗੈਂਗ ਹੀ ਹੈ ਤਿੰਨ ਬੰਦਿਆਂ ਦਾ, ਜਿਹੜਾ ਕਿ ਇਹਦੇ ਵਿੱਚ ਅਸੀਂ ਬਸਟ ਕੀਤਾ ਗੈਂਗ। ਇਹ ਬਲਕਿ ਕਾਫੀ ਦਿਨਾਂ ਤੋਂ ਚੱਲ ਰਿਹਾ ਸੀਗਾ, ਇਹ ਕੋਈ ਕੰਪਲੇਂਟ ਸਾਡੇ ਕੋਲ ਪਹਿਲਾਂ ਨਹੀਂ ਆਈ ਸੀ, ਇਹ ਫਸਟ ਇਸ ਤਰ੍ਹਾਂ ਦੀ ਕੰਪਲੇਂਟ ਸਾਡੇ ਕੋਲ ਆਈ ਸੀਗੀ, ਅਤੇ ਕੰਪਲੇਂਟ ਅਗੇਨ ਉਸੇ ਰੂਪ 'ਚ ਆਈ ਸੀ ਕਿ ਗੱਡੀ ਸਨੈਚ ਹੋ ਗਈ ਹੈ। ਪਰ ਰਿਐਲਿਟੀ ਜਿਹੜੀ ਇਹਦੇ ਵਿੱਚ ਹੈਗੀ ਹੈ ਉਹ 'ਚ ਜਦੋਂ ਅਸੀਂ ਡਿਟੇਲ 'ਚ ਜਦੋਂ ਬੰਦਾ ਵੀ ਫੜਿਆ ਅਤੇ ਹੋਰ ਸਾਡੀ ਇਨਵੈਸਟੀਗੇਸ਼ਨ ਵੀ ਡਿਟੇਲ 'ਚ ਹੋਈ, ਤਾਂ ਉਦੋਂ ਇਹ ਪਤਾ ਲੱਗਿਆ ਕਿ ਇੱਕ ਡੇਟਿੰਗ ਐਪ ਦੇ ਉੱਤੇ ਇਹ ਅਕਿਊਜ਼ ਜਿਹੜੇ ਸੀਗੇ ਉਹ ਇੱਕ ਡੇਟਿੰਗ ਐਪ ਦਾ ਇਸਤੇਮਾਲ ਕਰਦੇ ਸੀਗੇ, ਅਤੇ ਉਹ ਡੇਟਿੰਗ ਐਪ ਦੇ ਜ਼ਰੀਏ ਉਹ ਬੰਦੇ ਨੂੰ ਬੁਲਾਉਂਦੇ ਸੀਗੇ, ਤਾਂ ਉਹ ਸੁਨਸਾਨ ਜਗ੍ਹਾ 'ਤੇ ਔਡ ਆਰਸ ਦੇ ਵਿੱਚ ਬੰਦੇ ਨੂੰ ਬੁਲਾਉਂਦੇ ਸੀਗੇ, ਅਤੇ ਬੁਲਾਉਣ ਤੋਂ ਬਾਅਦ ਫਿਰ ਜੇ ਉਹ ਜੋ ਵੀ ਉਹਦੇ ਕੋਲ ਮੋਬਾਈਲ ਜਾਂ ਕੈਸ਼ ਹੁੰਦਾ ਸੀਗਾ ਉਹ ਲੈ ਲੈਂਦੇ ਸੀ, ਉਹਨੂੰ ਡਰਾ ਧਮਕਾ ਕੇ ਉਹਦੀ ਕੁੱਟਮਾਰ ਵੀ ਕਰਦੇ ਸੀਗੇ, ਪਲੱਸ ਜੇ ਉਹਦੇ ਅਕਾਊਂਟ ਦੇ ਵਿੱਚ ਕੋਈ ਔਨਲਾਈਨ ਟ੍ਰਾਂਜੈਕਸ਼ਨ ਕਰਨੀ ਆ ਤਾਂ ਪੈਸੇ ਉਹਦੇ ਤੋਂ ਔਨਲਾਈਨ ਵੀ ਟ੍ਰਾਂਸਫਰ ਕਰ ਲੈਂਦੇ ਸੀਗੇ। ਤਾਂ ਸਮਾਂ ਇਹਦੀ ਇੱਥੇ ਇਹ ਸਰਗਰਮ ਵੀ ਮੋਹਾਲੀ ਖਰੜ ਲੁਧਿਆਣਾ ਘੜੂਆਂ ਇਸ ਏਰੀਆ ਦੇ ਵਿੱਚ ਇਸ ਬੈਲਟ ਦੇ ਵਿੱਚ ਇਹ ਸਰਗਰਮ ਸੀਗੇ, ਅਤੇ ਇਹ ਹੋਰ ਵੀ ਇੰਸੀਡੈਂਸਿਸ ਇਹਨਾਂ ਨੇ ਕੀਤੇ ਆ। ਇਨਫੈਕਟ ਸਾਨੂੰ 4 ਇੰਸੀਡੈਂਸਿਸ ਹੋਰ ਅਤੇ ਟੋਟਲ 5 ਇੰਸੀਡੈਂਸਿਸ ਟਰੇਸ ਹੋਏ ਨੇ ਇਹਦੇ ਵਿੱਚ, ਜਦੋਂ ਇਹਨਾਂ ਨੇ ਪਹਿਲਾਂ ਵੀ ਇਹੀ ਚੀਜ਼ ਕੀਤੀ ਸੀਗੀ। ਇਹ ਗੈਂਗ ਜਿਹੜਾ ਵਰਸਟ ਕਰਨਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਇਹ ਲਗਾਤਾਰ ਇਹ ਚੱਲ ਰਹੇ ਸੀਗੇ, ਸਰਗਰਮ ਸੀਗੇ, ਅਤੇ ਹੋਰ ਵੀ ਇੰਸੀਡੈਂਸਿਸ ਨੂੰ ਇਹ ਅੰਜਾਮ ਦੇਣ ਜਾ ਰਹੇ ਸੀਗੇ ਸੀਗੇ ਬਟ ਇਸ ਇੰਸੀਡੈਂਟ ਦੇ ਵਿੱਚ ਇਹ ਜਿਹੜੀ ਗੱਡੀ ਸੀਗੀ ਇਹ ਉਹ ਵੀ ਲੈ ਗਏ ਸੀ, ਜਿਹੜੀ ਐਕਸੀਡੈਂਟ ਗੱਡੀ ਜਿਹੜੀ ਸੀਗੀ ਬਲੈਕ ਕਲਰ ਦੀ ਇਹ ਉਹ ਵੀ ਗੱਡੀ ਵੀ ਨਾਲ ਉਦੋਂ ਬਾਅਦ ਲੈ ਗਏ ਸੀਗੇ। ਅਤੇ ਇਸ ਦੇ ਨਾਲ ਹੀ ਇਹ ਜਿਹੜੇ ਬੰਦੇ ਹੈਗੇ ਇਹਨਾਂ 'ਚੋਂ ਜਿਹੜੀ ਕਾਰ ਹੈ ਉਹ ਵੀ ਰਿਕਵਰ ਹੋ ਗਈ ਹੈ, ਐਕਸੀਡੈਂਟ ਕਾਰ ਜਿਹੜੀ ਹੈਗੀ ਹੈ, ਜਿਹੜੀ ਇੰਸੀਡੈਂਟ ਦੇ ਵਿੱਚ ਵਰਤੀ ਗਈ ਸੀ ਕਾਰ ਉਹ ਵੀ ਰਿਕਵਰ ਹੋ ਗਈ ਹੈ, ਪਲੱਸ ਇਹਦੇ ਨਾਲ ਜਿਹੜੇ ਤਿੰਨਾਂ 'ਚੋਂ ਇੱਕ ਬੰਦਾ ਹੈਗਾ ਜਿਹੜਾ ਇਹਨਾਂ 'ਚੋਂ ਤਿੰਨ 'ਚੋਂ ਜਿਹੜਾ ਇੱਕ ਬੰਦਾ ਹੈਗਾ ਉਹ ਵੀ ਅਰੈਸਟ ਜਿਹੜਾ ਹੈਗਾ ਅਸੀਂ ਕਰ ਲਿਆ ਹੈਗਾ ਇਹਦੇ ਵਿੱਚ। ਸਰ ਇਸਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਲਾਸਟ 2 ਮਹੀਨਿਆਂ ਤੋਂ ਇਹ ਜਿਹੜੀ ਐਪ ਰਾਹੀਂ ਇਹ ਬੁਲਾ ਰਹੇ ਸੀ, ਤਾਂ ਉਸ ਤੋਂ ਪਹਿਲਾਂ ਵੀ ਇਹ ਕੋਸ਼ਿਸ਼ ਕਰ ਰਹੇ ਸੀ ਜਾਂ ਤੁਹਾਨੂੰ ਹੋਰ ਇੱਥੇ ਨਹੀਂ? ਐਕਚੁਲੀ ਸਾਡੇ ਕੋਲ ਤਾਂ ਇਹ ਪਹਿਲੀ ਹੀ ਕੰਪਲੇਂਟ ਆਈ ਸੀ, ਜਿਹੜੀ ਐਕਸੀਡੈਂਟ ਗੱਡੀ ਵਾਲਾ ਇੰਸੀਡੈਂਟ ਹੋਇਆ ਪਹਿਲੀ ਹੀ ਕੰਪਲੇਂਟ ਆਈ ਸੀਗੀ, ਪਰ ਸਾਡੀ ਜਿਹੜੀ ਪੁੱਛਗਿੱਛ ਹੈ ਕਰੀਬ 2 ਮਹੀਨੇ ਤੋਂ ਹੀ ਸਰਗਰਮ ਸੀਗੇ, ਅਤੇ ਇੰਸੀਡੈਂਸਿਸ ਆ ਚੁੱਕੇ ਪਰ ਕੰਪਲੇਂਟ ਸਾਡੇ ਕੋਲ ਕੋਈ ਨਹੀਂ ਆਈ ਸੀ। ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਜਾਂ ਨਹੀਂ? ਮੇਜਰ ਹੋਰ ਇੱਦੋਂ ਵੱਡੀ ਕੋਈ ਵਾਰਦਾਤ ਨਹੀਂ ਹੈ, ਪਰ ਹਾਂ ਇਹ ਜਿਸ ਤਰੀਕੇ ਨਾਲ ਇਹ ਵੱਧਦੇ ਤੁਰਦੇ ਆ ਰਹੇ ਸੀਗੇ ਡੈਫੀਨੇਟਲੀ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਹਨਾਂ ਨੇ। ਸਰ ਇਹ ਗੱਡੀਆਂ ਦਾ ਖਰਚੇ ਕੀ ਆਪ ਚਲਾਉਂਦੇ ਸੀ ਜਾਂ ਕਿਸੇ ਹੋਰ ਕੰਮ ਦੇ ਲਈ ਵਰਤੀਆਂ ਜਾ ਰਹੀਆਂ? ਇਹ ਤਾਂ ਫਸਟ ਟਾਈਮ ਹੀ ਗੱਡੀ ਸਨੈਚ ਕੀਤੀ ਹੈ ਇਹਨਾਂ ਨੇ। ਪਹਿਲਾਂ ਤਾਂ ਇਹ ਪੈਸੇ ਮੈਂ ਜਿਵੇਂ ਕਿ ਦੱਸਿਆ ਇਹ ਮੋਬਾਈਲ ਸਨੈਚ ਕਰਦੇ ਸੀਗੇ, ਮੋਬਾਈਲ ਲੈ ਜਾਂਦੇ ਸੀ ਬੰਦੇ ਦਾ, ਜਾਂ ਫਿਰ ਜਿਹੜਾ ਕੈਸ਼ ਸੀਗਾ ਉਹ ਲੈ ਜਾਂਦੇ ਸੀ, ਜਾਂ ਫਿਰ ਉਹਦੇ ਮੋਬਾਈਲ ਤੋਂ ਔਨਲਾਈਨ ਆਪਦੇ ਅਕਾਊਂਟ ਸ਼ਿਫਟ ਕਰਾਉਂਦੇ ਸੀ। ਸਰ ਹੋਰ ਕਿੱਥੇ ਕਿੱਥੇ ਵਰਤੀਆਂ ਨੇ ਇਹਨਾਂ ਦੇ? ਹਜੇ ਇਹਨਾਂ 'ਤੇ ਕੋਈ FIR ਫਿਲਹਾਲ ਧਿਆਨ 'ਚ ਨਹੀਂ ਹੈ, ਜਿਵੇਂ ਕਿ ਮੈਂ ਦੱਸਿਆ ਕਿ ਕੰਪਲੇਂਟ ਹੀ ਇਹਨਾਂ ਦੇ ਬਾਰੇ ਨਹੀਂ ਹੋਈ ਸੀਗੀ,
तो हूँ जे क्योंकि पुराने इंसीडेंसिस भी ट्रेस हुए हैं, चाहे वह साडे इलाके च होणगे चाहे लुधियाने एरिया च होणगे, उत्थे कंसर्न एफ आई आर भी दी जाएगी तो उहदे विच भी इन्हां दा अरेस्ट पाया जाएगा। एक्सीडेंट कार फतेहगढ़ साहब तो रिकवर हुई है सर, पिंड खंट थाना खमाणो फतेहगढ़ साहब उतो रिकवर हुई। थर्ड तो चलिए, जो थर्ड इंसीडेंट है वह भी अगे ना बैकग्राउंड नहीं, बेसिकली ऐप है, ऐप के ल्योर करके बंदे बुला लेंगे सके, वो ऐप के बंदा लालच के ल्योर हो के सुनसान जगह के ऑड आज के चला जाता सगा, तो आप दे चैटिंग करते गलबात करते तो उन्होंने ल्योर कर देंगे वो दे, बल्कि तुहाडे माध्यम तो मैं सारे दसना भी चाहूँगा कि इस तरीके ऐप्स के पहला परखो बंदे नू, तो बाद ही करो, तो यह सुनसान थावां दे विच जिहड़ा मिलन वाला हैगा काम, एर नाल कई बार वड्डा नुकसान हो जाता है, इसे यह जे इंसीडेंट भी हो जाते हैं, तो इस चीज़ों आप अवॉइड कर सकते। मैं उही तुहानू दस्सिया कि ऐप दे बारे बहुत ज़्यादा डिटेल्स मैं शेयर नहीं कर पाऊँगा ऐप के बारे, पर डेटिंग ऐप सी बेसिकली डेट करने वाली। ऐप के थ्रू, ऐप के थ्रू ਸਾਡੀ ਟੀਮ ਨੇ ਮਿਹਨਤ ਕੀਤੀ ਹੈ ਜੀ ਫੜਨ ਦੀ। ਹਾਂ ਉਹੀ ਇਹ ਸਾਡੀ ਟੈਕਨੀਕਲ ਅਤੇ ਹਿਊਮਨ ਸੋਰਸਿਸ ਮੀਨਸ ਨਾਲ ਫੜਿਆ, ਸੀ ਸੀ ਟੀਵੀਜ਼ ਦਾ ਬਹੁਤ ਇਸਤੇਮਾਲ ਅਸੀਂ ਕੀਤਾ ਇਹਦੇ ਵਿੱਚ, ਤਾਂ ਇਹ 'ਚ ਬੰਦੇ ਜਿਹੜੇ ਹੈਗੇ ਫੜੇ ਗਏ ਆ, ਜਿਵੇਂ ਕਿ ਲਾਸਟ ਟਾਈਮ ਵੀ ਸ਼ਾਇਦ ਆਪਣਾ ਗੱਲ ਵੀ ਹੋਈ ਸੀਗੀ ਇੱਕ ਕਿ ਇਹ ਚੰਡੀਗੜ੍ਹ ਦੇ ਵਿੱਚ ਬੰਦੇ ਗੱਡੀ ਨੂੰ ਧੱਕਾ ਲਾਉਂਦੇ ਹੋਏ ਮਿਲ ਦਿਖੇ ਸੀਗੇ, ਸ਼ਾਇਦ ਆਪਣਾ ਗੱਲ ਹੋਈ ਸੀਗੀ ਇਹਦੇ ਵਿੱਚ, ਤਾਂ ਇਹ ਉਹੀ ਬੰਦੇ ਆ ਜਿਹੜੇ ਧੱਕਾ ਲਾਉਂਦੇ ਹੋਏ ਦਿਖੇ ਸੀਗੇ ਸਾਨੂੰ, ਉਹ ਸੀ ਸੀ ਟੀਵੀ 'ਚ ਆ ਗਏ ਸੀਗੇ ਅਤੇ ਉਦੋਂ ਬਾਅਦ ਅਸੀਂ ਟਰੇਸ ਕਰ ਲਏ। ਇਹ ਐਕਚੁਅਲੀ ਇਹ ਦੋਨੋਂ ਇੱਕ ਉੱਤਰਾਖੰਡ ਦਾ ਰਹਿਣ ਵਾਲਾ, ਇੱਕ ਯੂਪੀ ਦਾ ਰਹਿਣ ਵਾਲਾ, ਅਤੇ ਦੋਨਾਂ ਦੇ ਪਰਿਵਾਰ ਦਾ ਵੀ ਕੋਈ ਪਤਾ ਨਹੀਂ ਹੈ, ਦੋਨੋਂ ਬਿਲਕੁਲ ਮਤਲਬ ਅਨਆਡੈਂਟੀਫਾਈਡ ਬੰਦੇ ਹੈਗੇ ਹੈ, ਅਤੇ ਸਾਨੂੰ ਕਾਫੀ ਉਮੀਦ ਹੈ ਇਹਨਾਂ 'ਚੋਂ ਹੋਰ ਵੀ ਕ੍ਰਾਈਮ ਨਿਕਲਣ ਦੀ ਪੋਸੀਬਿਲਟੀ ਹੈ। ਉਹ ਹਜੇ ਪੁੱਛਗਿੱਛ ਆਏਗੀ ਪਰ ਫਿਲਹਾਲ ਨਹੀਂ ਆਈ ਹੈ, ਕਿਉਂਕਿ ਇਹਨਾਂ ਦਾ ਕੋਈ ਪ੍ਰੋਪਰ ਐਡਰੈਸ ਹੀ ਨਹੀਂ ਹੈ ਘਰ ਦਾ। ਤਾਂ ਇਸ ਦੇ ਨਾਲ ਸਾਡੇ ਹੁਣ ਸਾਰੇ ਇੰਸੀਡੈਂਟਸ ਜਿਹੜੇ ਹੈਗੇ ਇਹਦੇ ਨਾਲ ਰਿਲੇਟਡ ਉਹ ਸਾਰੇ ਟਰੇਸਡ ਹੈ, ਅਤੇ ਬੰਦੇ ਵੀ ਜਿਹੜੇ ਹੈਗੇ ਇੱਕ ਦੋ ਰਹਿ ਗਏ ਅਰੈਸਟ ਕਰਨ ਵਾਲੇ, ਉਹ ਵੀ ਛੇਤੀ ਫੜੇ ਜਾਣਗੇ। ਸਰ ਇੱਕ ਮਾਮਲਾ ਆਇਆ ਵੀ ਨਾ ਚੰਡੀਗੜ੍ਹ ਕੇ ਇਲਾਕੇ ਮੇਂ ਇੱਕ ਬੰਬ ਸੈੱਲ ਮਿਲਾ ਹੈ, ਲੇਕਿਨ ਉਸਕੇ ਬਿਲਕੁਲ ਸਾਥ ਮੇਂ ਮੋਹਾਲੀ ਕਾ ਰੈਜੀਡੈਂਸ਼ੀਅਲ ਏਰੀਆ ਹੈ, ਯਹਾਂ ਪਰ ਕਈ ਸਾਰੇ ਹੋਟਲ ਪੀ ਜੀ ਇਸ ਟਾਈਪ ਕੇ, ਤੋ ਉਸਮੇਂ ਮੋਹਾਲੀ ਪੁਲਿਸ ਕੀ ਐਪਲੀਕੇਸ਼ਨ ਕਰ ਰਹੀ ਹੈ। ਹਮਾਰੀ ਵੀ ਰੈਗੂਲਰ ਜੋ ਸਰਚ ਅਭਿਆਨ ਵਗੈਰਾ ਚੱਲ ਰਹੇ ਹੈ, ਵੋ ਜੋ ਮਿਲਾ ਹੈ ਉਸਕੀ ਰਿਗਾਰਡਿੰਗ ਤੋ ਚੰਡੀਗੜ੍ਹ ਪੁਲਿਸ ਆਪਣੀ ਕਾਰਵਾਈ ਕਰੀ ਰਹੀ ਹੈ, ਐਪ ਸਾਰਾ ਦੇਖ ਹੀ ਰਹੇ, ਮੈਂ ਵੀ ਉਸਕੋ ਫੋਲੋਅਪ ਕਰ ਹੀ ਰਹਾ ਥਾ, ਲੇਕਿਨ ਬਾਕੀ ਜੋ ਮੋਹਾਲੀ ਕਾ ਜੋ ਹਮਾਰਾ ਸਰਾਊਂਡਿੰਗ ਏਰੀਆ ਹੈ ਉਸਮੇਂ ਪ੍ਰੋਪਰ ਸਰਚਿਸ ਵਗੈਰਾ ਵੀ ਚੱਲ ਰਹੀ ਹੈ, ਔਰ ਪ੍ਰੋਪਰ ਨਾਕਾਬੰਦੀ ਔਰ ਪੈਟਰੋਲਿੰਗ, ਤਾਂ ਕਿ ਕੋਈ ਔਰ ਇਸ ਟਾਈਪ ਕੀ ਇੰਸੀਡੈਂਟ ਨਾ ਹੋ, ਤੋ ਉਸ ਹਿਸਾਬ ਸੇ ਹਮਾਰਾ ਚੱਲ ਰਿਹਾ ਹੈ। ਚੰਡੀਗੜ੍ਹ ਪੁਲਿਸ ਕੀ ਨਾ ਸਰ ਉਸਮੇਂ ਮੇਨ ਥਿਉਰੀ ਹੈ ਕਿ ਕੋਈ ਕਬਾੜੀ ਯਹਾਂ ਪੇ ਫੈਕ ਕੇ ਗਿਆ ਹੈ, ਲੇਕਿਨ ਉਸ ਇਲਾਕੇ ਮੇਂ ਜੋ ਕਬਾੜੀ ਹੈ ਵੋ ਮੋਹਾਲੀ ਪੁਲਿਸ ਕੇ ਖੇਤਰ ਮੇਂ ਹੀ ਹੈ। ਜੀ ਜੀ ਜੀ, ਉਸ ਹਮਾਰਾ ਰੈਗੂਲਰਲੀ ਜੋ ਹੈ ਟੱਚ ਹੈ ਚੰਡੀਗੜ੍ਹ ਪੁਲਿਸ ਸੇ, ਅਤੇ ਕੋਈ ਵੀ ਐਸਾ ਜੋ ਵੀ ਉਨਕੋ ਕੋਆਪਰੇਸ਼ਨ ਚਾਹੀਏ ਜਾਂ ਹਮਾਰੀ ਤਰਫ ਸੇ ਜੋ ਰੈਗੂਲਰ ਰੇਡਸ ਜਾਂ ਸਰਚਿਸ ਜੋ ਚੱਲ ਰਹੀ ਹੈ ਵੋ ਉਨਕੀ ਕੋਆਪਰੇਸ਼ਨ ਕੇ ਸਾਥ ਹੀ ਚੱਲ ਰਹੀ ਹੈ।